ਅੱਲਾ ਖੈਰ ਕਰੇ ਸਵੇਰ ਸਵੇਰ ਚਾਪਲਾ ਦਾ ਨਾਸ਼ਤਾ ਆਏਗਾ ਇਹ ਇੱਕ ਹੋਰ ਤੁਮ ਜੀ ਭਰ ਲਈਏ ਅਸਲਾਮੁਅਲੈਕੁਮ ਮਾਇਦੇ ਪਿਆਰੇ ਇਹ ਵਲੌਗ ਦਾ ਕਰਦੇ ਆ ਬਕਾਇਦਾ ਆਗਾਜ਼ ਔਰ ਅੱਜ ਮੈਂ ਛਾਤੇ ਬੈਠਾ ਆ ਸਵੇਰ ਦਾ ਟਾਈਮ ਆ ਨਾਸ਼ਤਾ ਪਾ ਕਰਨ ਲੱਗੇ ਆ ਨਾਸ਼ਤਾ ਕਿਹੜੀ ਚੀਜ਼ ਦਾ ਕਰਨਾ ਤੁਸੀਂ ਵੀ ਵੇਖ ਕੇ ਹੈਰਾਨ ਹੋ ਜੂਗੇ ਕਿ ਯਾਰ ਇਹ ਕਿਹੜੀ ਚੀਜ਼ ਦਾ ਨਾਸ਼ਤਾ ਚੈੱਕ ਕਰੋ ਫਿਰ ਇਹ ਚਸਕੇ ਤੁਹਾਡੇ ਵੀਰ ਦੇ ਚੋਲਾ ਤੋਂ ਬਗੈਰ ਤੁਹਾਡਾ ਵੀਰ ਨਹੀਂ ਰਹਿ ਸਕਦਾ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਆ ਸਵੇਰ ਸਵੇਰ ਜਿਹੜਾ ਨਾ ਚਾਵਲ ਖਾਣੇ ਤੋਂ ਗਲਾ ਖਰਾਬ ਆ ਤੇ ਤੋਂ ਚਾਵਲ ਖਾਣੇ ਆ ਮਾਸ਼ਾਅੱਲਾ ਕੀ ਨਜ਼ਾਰੇ ਨੇ ਸੂਰਜ ਦੇ ਔਰ ਕੀ ਮਜ਼ੇ ਨੇ ਤੁਪ ਦੇ ਚੈੱਕ ਕਰੋ ਜਰਾ ਤੁਪ ਕਿੱਡੀ ਸੋਹਣੀ ਨਿਕਲੀ ਹੋਈ ਆ ਚਾਵਲ ਖਾਣ ਤੋਂ ਬਾਅਦ ਆ ਗਏ ਜੀ ਚਾਹ ਤਾਂ ਆਲੀ ਸੋਹਣੀ ਜੀ ਮਿੱਠੀ ਜੀ ਚਾਹ ਅੱਜ ਨਾਸ਼ਤਾ ਕਰਨ ਦਾ ਯਾਰ ਮਜ਼ਾ ਆ ਗਿਆ ਕਿਉਂਕਿ ਰੋਟੀ ਹੋਵੇ ਨਾ ਹੋਵੇ ਚਾਹ ਮਿੱਠੀ ਹੋਏ ਜ਼ਰੂਰ ਹੋਣੀ ਚਾਹੀਦੀ ਹੈ ਚਾਹ ਤੋਂ ਬਗੈਰ ਤੁਹਾਡੇ ਵੀਰ ਦਾ ਨਹੀਂ گزارਾ ਹੈਗਾ ਕਮਜ਼ੋਰੀ ਸਮਝੋ ਇਹ ਮੇਰੀ ਕਮਜ਼ੋਰੀ ਹੈ ਚਾਹ ਲੋਬੀ ਬਿਊਰੋ ਨਾਸ਼ਤਾ ਤੇ ਆਪਾਂ ਲਿਆ ਕਰ ਤੇ ਹੁਣ ਆਪਣੇ ਕਮਰੇ ਵੱਲ ਚੱਲ ਕੇ ਵੇਖਦੇ ਹਾਂ ਕਮਰੇ ਦੀ ਕੀ ਕੰਡੀਸ਼ਨ ਆ ਹਾਏ 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 ਤਬਾਈਆਂ ਮਚੀਆਂ ਆਈਆਂ ਜਨਾਬ ਤਬਾਈਆਂ ਜਰਾ ਚੈੱਕ ਕਰੋ ਹੈ ਤੁਹਾਨੂੰ ਨਜ਼ਰ ਨਹੀਂ ਆਉਣਾ ਚੈੱਕ ਕਰੋ ਜਰਾ ਖਲਾਰੇ ਪਏ ਆਹ ਇਹ ਤਬਾਈਆਂ ਇਹਨਾਂ ਤਬਾਈਆਂ ਦਾ ਖਾਤਮਾ ਔਰ ਇਸ ਕਮਰੇ ਦੀ ਸਫਾਈ ਕਰਨੀ ਆ ਟਾਡੇ ਵੀਰ ਨੇ ਵੇਖੋ ਜਰਾ ਆਏ ਹਾਏ ਹਾਏ ਹਰਸ਼ ਹੈ ਹਰ ਸ਼ਰੂ ਨਹੀਂ ਪਈ ਹੈ ਵੇਖੋ ਇਹ ਆ ਜੀ ਸਟੂਡੀਓ ਚੈੱਕ ਕਰੋ ਜਰਾ ਬਿੱਟੀ ਵੇਖੋ ਤੁਸੀਂ ਬਾਕੀ ਗੱਲਾਂ ਛੱਡੋ ਇੱਥੇ ਤੁਹਾਡਾ ਵੀਰ ਪੈਂਦਾ ਆ ਤੁਹਾਡੇ ਵੀਰ ਦੇ ਕਦਮ ਮubarək ਇੱਥੇ ਪੈਂਦੇ ਆ ਤੇ ਹੁਣ ਤੁਹਾਡੇ ਵੀਰ ਨੂੰ ਆਪਣੇ ਹੱਥ ਨਾਲ ਹੀ ਸਰਵਾਈਵ ਵੀ ਕਰਨੀ ਪੈਣੀ ਆ ਓਏ ਹੋਏ ਹੋਏ ਜਦੋਂ ਕਿਸੇ ਕੰਮ ਦਾ ਸੋਚੀਦਾ ਕੋਈ ਨਾ ਕੋਈ ਕੰਮ ਪੈ ਜਾਂਦਾ ਮੈਂ ਕਿਹਾ ਸੀ ਚਲੋ ਕਮਰੇ ਦੀ ਸਫਾਈ ਕਰਾਂਗਾ ਲੇਕਿਨ ਮੈਨੂੰ ਐਮਰਜੈਂਸੀ ਸਮਝ ਲਓਗੇ ਐਮਰਜੈਂਸੀ ਜਾਣਾ ਪੈ ਰਿਹਾ ਜੀ ਡਾਕਟਰ ਸਾਹਿਬ ਕੋਲ ਟਾਈਮ ਲਿਆ ਹੋਇਆ ਵਾ ਆਪਣੇ ਕਾਕੇ ਨੂੰ ਜ਼ਰਾ ਦਿਖਾਉਣਾ ਡਾਕਟਰ ਸਾਹਿਬ ਨੂੰ ਚੈੱਕ ਕਰਉਣਾ ਹੈ ਹਸਪੀਟਲ ਜਾਣਾ ਉੱਥੋਂ ਫਿਰ ਵਾਪਸੀ ਤੇ ਆ ਕੇ ਜਨਾਬੇ ਸਫਾਈਆਂ ਕਰਦੇ ਹਾਂ ਸਮਾਈਂ ਵੇ ਤਸੰਦ ਕੀ ਹੋ ਰਿਹਾ ਹੈ ਓਏ ਹੋਏ ਖਾਂਸੀ ਨੇ ਯਕੀਨ ਮਨੋ ਮੇਰੇ ਕੋਲ ਅਲਫਾਸ ਨਹੀਂ ਹੈ ਬੋਲ ਨਹੀਂ ਹੋ ਰਿਹਾ ਖਾਂਸੀ ਨੇ ਇੰਨਾ ਕੁ ਬੁਰਾ ਹਾਲ ਕੀਤਾ ਆ ਨਾ ਮੇਰੇ ਬੇਟੇ ਨੂੰ ਵੀ ਖਾਂਸੀ ਖੁਸ਼ਕ ਹੋਈ ਆ ਜਦੀ ਵਜ੍ਹਾ ਤੋਂ ਅਸੀਂ ਹਸਪੀਟਲ ਗਏ ਸੀ ਮੈਡੀਸਨ ਦਿੱਤੀਆਂ ਸੀ ਡਾਕਟਰ ਸਾਹਿਬ ਨੇ ਉਹਨਾਂ ਨੂੰ ਚੈੱਕ ਅਪ ਕਰਵਾਉਣਾ ਸੀਗਾ ਕਿ ਉਹਨਾਂ ਨੂੰ ਦੱਸਣਾ ਅਸੀਂ ਫਿਰ ਚੈੱਕ ਕਰਕੇ ਕਿ ਕਿੰਨਾ ਕੁ ਅੱਗੇ ਨਾਲੋਂ ਆਰਾਮ ਆਇਆ ਵਾ ਹੁਣ ਦੁਬਾਰਾ ਫਿਰ ਉਹਨਾਂ ਨੇ ਸਵੇਰ ਦਾ ਕਹਤਾ ਹੈ ਕਿ ਸਵੇਰ ਤੁਸੀਂ ਫਿਰ ਚੈੱਕ ਕਰਵਾਣ ਆਣਾ ਆ ਮੈਡੀਸਨ ਹੋਰ ਮਜ਼ੀਦ ਵਧਾਤੀਆਂ ਨਾਲ ਇੰਜੈਕਸ਼ਨ ਆ ਉਹ ਵੀ ਲਗਾ ਰਹੇ ਆਂ ਭਾਫ ਹੁੰਦੀ ਆ ਉਹ ਵੀ ਦੇ ਰਹੇ ਮਸਲਾ ਇਹ ਬਣਿਆ ਸਗਾ ਮੇਰੇ ਕੋਲੋਂ ਖੁਦ ਨਹੀਂ ਬੋਲ ਹੋ ਰਿਹਾ ਮੈਂ ਸੋਚ ਰਿਹਾ ਸੀ ਇੱਥੇ ਖੜਾ ਕਿ ਮੇਰੇ ਕੋਲੋਂ ਨਹੀਂ ਬੋਲ ਹੋ ਰਿਹਾ ਤੇ ਮੇਰੇ ਬੇਟੇ ਦਾ ਕੀ ਹਾਲ ਹੋਏਗਾ ਉਹਨੂੰ ਖੁਸ਼ਕ ਖਾਂਸੀ ਹੋਈ ਜਿਹਦੀ ਵਜ੍ਹਾ ਤੋਂ ਗਲੇ ਦੇ ਵਿੱਚ ਛਾਤੀ ਦੇ ਵਿੱਚ ਇਨਫੈਕਸ਼ਨ ਹੋਇਆ ਹੋ ਉਹ ਇਨਫੈਕਸ਼ਨ ਦੀ ਵਜ੍ਹਾ ਤੋਂ ਇੰਜੈਕਸ਼ਨ ਲਗਾ ਰਹੇ ਆ ਮੈਡੀਸਨ ਦੇ ਰਹੇ ਆ ਨਾਲ ਸ਼ੁਰੂ ਦੇ ਵਿੱਚ ਅਸੀਂ ਮੈਡੀਸਨ ਦਿੱਤੀ ਲੇਕਿਨ ਉਹਨੇ ਕੋਈ ਅਸਰ ਨਹੀਂ ਦਿਖਾਇਆ ਫਿਰ ਅਸੀਂ ਫੌਰਨ ਜਿਹੜਾ ਹੈ ਨਾ ਜਿਹੜੇ ਸਾਡੇ ਇੱਥੇ ਵੱਡਾ ਡਾਕਟਰ ਹੈ ਉਹਦੇ ਕੋਲ ਅਸੀਂ ਗਏ ਉਹਨੇ ਫਿਰ ਸਾਨੂੰ ਦੱਸਿਆ ਕਿ ਇਹਦੇ ਬੱਚੇ ਦਾ ਇਨਫੈਕਸ਼ਨ ਹੋ ਗਿਆ ਹੁਣ ਇਨਫੈਕਸ਼ਨ ਹੁੰਦਾ ਕਿਉਂ ਆ ਮੈਂ ਦੱਸ ਤੁਹਾਨੂੰ ਇਸ ਲਈ ਰਿਹਾ ਵਾਂ ਕਿ ਤੁਸੀਂ ਵੀ ਇhtਿਆਤ ਕਰੋ ਖੁਦ ਵੀ ਇhtਿਆਤ ਕਰੋ ਬੱਚਿਆਂ ਦੀ ਵੀ ਇhtਿਆਤ ਕਰਵਾਓ ਬੱਚੇ ਇhtਿਆਤ ਨਹੀਂ ਕਰਦੇ ਲੇਕਿਨ ਕਰਵਾਓ ਵੇਖੋ ਨਾ ਜਦੋਂ ਅਸੀਂ ਤਲੀਆਂ ਚੀਜ਼ਾਂ ਚਟਪਟੀਆਂ ਜਿਹਦਾ ਖਲਾਉਂਦੇ ਆ ਬੱਚਿਆਂ ਨੂੰ ਪਰਹੇਜ਼ ਨਹੀਂ ਕਰਵਾਨੇ ਔਰ ਨੰਗੇ ਪੈਰੀ ਬੱਚੇ ਫਿਰਨ ਕੋਈ ਪਰਵਾਹ ਨਹੀਂ ਜਿੱਦਾਂ ਅੱਜਕੱਲ੍ਹ ਇਸ ਟਾਈਮ ਜਿਹੜੀ ਸਰਦੀ ਪੈਂਦੀ ਖੁ ਯਾ ਬੱਚਿਆਂ ਦੀਆਂ ਮੈਂ ਕਿਹਾ ਪਤਾ ਨਹੀਂ ਸਾਡਾ ਹੀ ਬੱਚਾ ਬਿਮਾਰ ਆ ਉਥੇ ਹਰ ਬੱਚੇ ਨੂੰ ਇਹ ਮਸਲਾ ਹਰ ਬੱਚੇ ਨੂੰ ਛੋਟੇ ਛੋਟੇ ਫੁੱਲਪਾਰ ਬੱਚੇ ਜਿਨ੍ਹਾਂ ਦੇ ਚਾਰਾਂ ਦੇ ਟੀਕੇ ਲੱਗਦੇ ਇਹਨਾਂ ਨੂੰ ਦੁੱਖ ਹੁੰਦਾ ਨਾ ਯਕੀਨ ਕਰੋ ਮੇਰਾ ਸਵੇਰ ਗਲਾ ਖਰਾਬ ਸੀ ਹਸਪੀਟਲ ਦੇ ਵਿੱਚ ਜਾ ਕੇ ਬੱਚਾ ਨੂੰ ਵੇਖ ਕੇ ਮੇਰੀ ਆਪਣੀ ਖੋਦ ਦੀ ਹਾਲਤ ਜਿਹੜੀ ਇੰਨੀ ਖਰਾਬ ਹੋ ਗਈ ਬਾਕੀ ਮੈਂ ਘਰ ਹੀ ਦੱਸਣਾ ਸੀ ਤੁਹਾਨੂੰ ਸਾਰਾ ਕੁਝ ਦੋਸਤ ਮੇਰੇ ਨਾਲ ਰਾਸ਼ਦ ਭਾਈ ਆਇਓ ਦੋਸਤ ਆਏ ਹੋਏ ਆ ਇਹਨਾਂ ਨੇ ਕਿਹਾ ਯਾਰ ਕਮ ਅਸਲਾਮੁਅਲੈਕੁਮ ਵਾਲੇਕੁਮ ਸਲਾਮ ਇਹਨਾਂ ਨਾਲ ਥੋੜਾ ਜਿਹਾ ਕੰਮ ਸੀਗਾ ਇਹਨਾਂ ਨੂੰ ਮੇਰੇ ਨਾਲ ਕੰਮ ਸੀ ਸੱਚ ਹੈ ਬ ਅੱਲਾ ਸ਼ੁਕਰ ਚੈਨਲ ਠੀਕ ਜਾ ਰਿਹਾ ਅੱਲਾ ਸ਼ੁਕਰ ਬੇਟੇ ਦੀ ਸੁਣਾਓ ਠੀਕ ਹੈ ਜੀ ਹਾਂ ਸ਼ੁਕਰ ਅੱਲਾ ਦਾ ਸਵੇਰ ਫਿਰ ਚੈੱਕ ਅਪ ਕਰਵਾਉਣ ਜਾਣਾ ਹੈ ਦੁਆ ਕਰਿਓ ਅੱਲਾ ਪਾਕ ਸਿਹਤ ਦੇਵੇ ਅੱਲਾ ਪਾਕ ਬਾਕੀ ਅੱਲਾ ਖੈਰ ਕਰੇਗਾ ਤੁਸੀਂ ਵੀ ਪਰਵੇਸ਼ ਕਰਵਾਵਾ ਆਪਣੇ ਬੱਚਿਆਂ ਦੀ ਅੱਛਾ ਰਾਸ਼ਦ ਭਾਈ ਨੂੰ ਮੇਰੇ ਨਾਲ ਇਹ ਕੰਮ ਸੀ ਕਿ ਇਹਨਾਂ ਨੇ ਆਪਣਾ ਇੱਕ YouTube ਦਾ ਚੈਨਲ ਬਣਾਇਆ ਹੋਇਆ ਤੇ ਮਾਸ਼ਾਅੱਲਾ ਵਲੋਗਿੰਗ ਕਰ ਰਹੇ ਆ ਬੜਾ ਅੱਛਾ ਨਦਾ ਕੰਟੈਂਟ ਆ ਪੰਜਾਬੀ ਵਿੱਚ ਵਲੋਗਿੰਗ ਕਰ ਰਹੇ ਹੋ ਨਾ ਤੁਸੀਂ ਜੀ ਜੀ ਅਲਹਮਦੁਲਿਲਾਹ ਜੀ ਤੇ ਆਪਣੇ ਚੈਨਲ ਦਾ ਨਾਮ ਤੇ ਜ਼ਰਾ ਦੱਸੋ ਰਾਸ਼ਦ ਅਲੀ ਵਲੌਗ ਜੀ ਰਾਸ਼ਦ ਅਲੀ ਵਲੌਗ ਤੁਸੀਂ YouTube ਤੇ ਜਾ ਕੇ ਨਜ਼ਾਰੇ ਚੈੱਕ ਕਰੋ ਤੁਸੀਂ ਓਏ ਹੋਏ ਔਰ ਸੂਰਜ ਵੀ ਜਨਾਬ ਖੂਬ ਹੋ ਰਿਹਾ ਵਾ ਔਰ ਬੜੇ ਖੂਬਸੂਰਤ ਹੈ ਇਸ ਟਾਈਮ ਨਜ਼ਾਰੇ ਆ ਅਸਮਾਨ ਦੇ ਨਜ਼ਾਰੇ ਤੁਸੀਂ ਚੈੱਕ ਕਰੋ ਬਹੁਤ ਹੀ ਖੂਬਸੂਰਤੀ ਔਰ ਹਰ ਤਰਫ ਹਰੀਆਲੀ ਔਰ ਠੰਡਾ ਮੌਸਮ ਔਰ ਸਕੂਨ ਆ ਇਥੇ ਮੈਂ ਇੰਨੀ ਟੈਨਸ਼ਨ ਦੇ ਵਿੱਚ ਆਇਆ ਸੀ ਮੈਨੂੰ ਨਾ ਯਕੀਨ ਮੰਨੋ ਕਿ ਮੈਨੂੰ ਇਦਾਂ ਸੀ ਜਿੱਦਾਂ ਪਤਾ ਨਹੀਂ ਮੈਰਾ ਦੇਲ ਹੀ ਨਹੀਂ ਸੀ ਕਰ ਰਿਹਾ ਬੋਲਣ ਨੂੰ ਲੇਕਿਨ ਮੈਂ ਖੇਤਾਂ ਚ ਆਇਆ ਵਾ ਮਾਸ਼ਾਅੱਲਾ ਇੰਨਾ ਇਥੇ ਸਕੂਨ ਆ ਔਰ ਮੌਸਮ ਇੰਨਾ ਪਿਆਰਾ ਆ ਚੈੱਕ ਕਰੋ ਤੇ ਆ ਜੀ ਗੰਦਾਵਾ ਮਾਸ਼ਾਅੱਲਾ ਕਨਕ ਜਿਹੜੀ ਆ ਆਪਣੀ ਉਹ ਚੈੱਕ ਕਰ ਸਕਦੇ ਆ ਤੁਸੀਂ ਮਾਸ਼ਾਅੱਲਾ ਕਨਕ ਬੜੀ ਵੱਡੀ ਹੋ ਗਈ ਹੈ ਦਿਨਾਂ ਦੇ ਵਿੱਚ ਹੀ ਹਏ ਮੈਂ ਪਿੱਛੇ ਇੱਕ ਵਲੌਗ ਬਣਾਇਆ ਸੀ ਉਹਦੇ ਵਿੱਚ ਮੈਂ ਦੱਸਿਆ ਸੀ ਤੁਹਾਨੂੰ ਕਿ ਛੋਟੀ ਛੋਟੀ ਕਨਕ ਆ ਅੱਜ ਮਾਸ਼ਾਅੱਲਾ ਵੇਖਿਆ ਤੇ ਕਨਕ ਕਾਫੀ ਵੱਡੀ ਹੋ ਗਈ ਹੈ ਤੇ ਅਨਕਰੀਬ ਅੱਲਾ ਖੈਰ ਕਰੇ ਰਾਸ਼ਦ ਭਾਈ ਅੰਦਾਜ਼ਨ ਕਿੰਨੀ ਦੇਰ ਤੱਕ ਕਿ ਕੰਮ ਤਮਾਮ ਹੋ ਜਾਏਗਾ ਦਾ 2-3 ਮਹੀਨੇ ਤੱਕ ਹੋ ਜਾਏਗਾ ਇਨਸ਼ਾ 2-3 ਮਹੀਨੇ ਤੱਕ ਜਨਾਬ ਇਨਸ਼ਾ ਅੱਲਾ ਖੈਰ ਕਰੇਗਾ ਅੱਲਾ ਖੈਰ ਕਰੇਗਾ ਓਏ ਹੋਏ 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 ਸੋ ਫਾਈਨਲੀ ਜੀ ਮੈਂ ਆਪਣੇ ਕਮਰੇ ਦੇ ਵਿੱਚ ਪਹੁੰਚ ਗਿਆ ਆ ਅੱਜ ਪ੍ਰੋਗਰਾਮ ਤੇ ਬੜਾ ਕੋਈ ਸਗਾ ਕੇ ਕਮਰੇ ਦੀ ਸਫਾਈ ਕਰਾਂਗਾ ਇਹਦਾ ਮੂਹ ਸਿਰ ਬਣਾਵਾਂਗਾ ਉਹ ਚਮਕਾ ਦਾਂਗਾ ਲੇਕਿਨ ਤੁਹਾਨੂੰ ਪਤਾ ਕਿ ਫਿਰ ਉਹ ਕੰਮ ਇਹਦੇ ਨਾਲੋਂ ਜ਼ਿਆਦਾ ਜ਼ਰੂਰੀ ਸਗਾ ਉਹ ਆਪਾਂ ਕਰ ਲਿਆ ਆ ਇਹਦੀ ਖਿਆਰ ਹੈ ਹੁੰਦਾ ਰਹੇਗਾ ਅੱਜ ਨਹੀਂ ਤੇ ਕੱਲ ਹੋ ਜਾਏਗਾ ਲੇਕਿਨ ਅਲhamdulillah ਵੇਖੋ ਜੀ ਇਨਕਲਾਬ ਆ ਨਹੀਂ ਰਹਾ ਇਨਕਲਾਬ ਆ ਜਾਏਗਾ ਇਹਦਾ ਮਤਲਬ ਇਹ ਹੈ ਕਿ ਜਨਾਬ ਜਿਹੜਾ ਉੱਪਰ ਅਛਾੜਸਿਕਾ ਨਾ ਕਪੜਾ ਪਾਇਆ ਹੋਇਆ ਸੀ ਉਹ ਸਾਰਾ ਆਪਾਂ اتار ਲਿਆ اتارਣ ਤੋਂ ਬਾਅਦ ਉਹਨੂੰ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਸੁਭਾ ਲੈ ਆਇਆ ਸੂਬਾ ਤੱਕ ਸੁੱਕ ਜਾਣਾ ਹੈ ਇਨਸ਼ਾਅੱਲਾ ਕਪੜਾ ਜਿਹੜਾ ਫਿਰ ਦੀਵਾਨ ਔਰ ਸੋਫਿਆਂ ਦੇ ਉੱਪਰ ਇਹਨੂੰ ਯਾਨੀ ਕਵਰ ਕਰ ਲਾਂਗੇ ਤਾਂ ਕਿ ਖਰਾਬ ਨਾ ਹੋਣ ਬਾਕੀ ਬੜਾ ਕੁਝ ਸੋਚਿਆ ਸੀ ਤੁਹਾਨੂੰ ਪਤਾ ਫਿਰ ਇਸ ਕੰਡੀਸ਼ਨ ਦੇ ਵਿੱਚ ਬੰਦੇ ਦਾ ਦਿਲ ਵੀ ਨਹੀਂ ਕਰਦਾ ਕੁਝ ਕਰਨ ਨੂੰ ਬਾਕੀ ਅੱਜ ਦੇ ਵਲੌਗ ਦਾ ਇਥੇ ਖਾਤਮਾ ਕਰਦੇ ਆ ਜੀ ਮੈਨੂੰ ਨੀਂਦ ਬੜੀ ਆਉਂਦੀ ਹੈ ਮੇਰਾ ਦਿਲ ਕਰਦਾ ਮੈਂ ਹੁਣੀ ਜਾ ਕੇ ਸੋਈ ਵਾ ਤੇ ਹੁਣ ਮੈਂ ਸੋ ਜਾਣਾ ਹੁਣ ਮੈਂ ਰਹਿਣਾ ਨਹੀਂ ਹੈਗਾ ਬਾਕੀ ਗਲਤੀ ਉਤਾਈ ਵਲੌਗ ਬੜਾ ਹੁਣ ਅਸਾਗਾ ਇੰਟਰਸਟਿਡ ਹੁਣਾ ਸੀ ਬਹੁਤ ਕੁਝ ਹੁਣਾ ਸੀ ਲੇਕਿਨ ਨਹੀਂ ਕਰ ਸਕਿਆ ਸਾਰਾ ਕੁਝ ਕਲੋਜ਼ ਕਰ ਛੱਡਿਆ ਤੁਸੀਂ ਲਾਈਕ ਕਰਨਾ ਆ ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ ਦੇਣੀ ਹੈ ਦੇ ਨਾਲ ਬੰਦਾ ਨਾਲ ਸ਼ੀਸ਼ ਨੂੰ ਦਵਾ ਇਜਾਜ਼ਤ ਅੱਲਾਹ ਨਿਗਹਿबान